ਇਹ ਬੀਜਦੇ ਆ ਕੁਛ ਤੇ ਕੁਛ ਬੀਜਾਂਗੇ ਆਪਾਂ ਪੰਜਾਬ ਦਾ ਤੇ ਕੁਛ ਹਿਮਾਚਲ ਦਾ ਸਾਰੀ ਪੋੜਤੀ ਇਹਨੇ ਨਿੱਕੀ ਆਪਦੀ ਬੇਤੋਂ ਨਾ ਵੱਧ ਕੰਮ ਕਰਦੀ ਐ ਸਾਰੀ ਗੋੜਤੀ ਦੇਖ ਲਓ ਜੀ ਜੀ ਐ ਘਰੇ ਘਰੇ ਫਿਰ ਉਹ ਨਾ ਥੋੜੀ ਬੈਠਣ ਨੂੰ ਜਗ੍ਹਾ ਛੱਡੀ ਅੱਛਾ ਐ ਬਾਹਰ ਬੈਠ ਕੇ ਪੂਰੀ ਨੂੰ ਗੋਡੀ ਕੀਤੀ ਜਾਵੇ ਜਿੱਥੇ ਬਹੁਤ ਜ਼ਿਆਦਾ ਧਨੀਆ ਸੀਗਾ ਤਦੀ ਕਹੋਗੇ ਸਾਫ ਸਫਾਈ ਕਰਾਈ ਅਹੀਂ ਪੂਰਾ ਸਾਫ ਸਫਾਈ ਨਹੀਂ ਕਰਕੇ ਗਏ ਤੇ ਜਿਹੜੀ ਚੀਜ਼ ਨਹੀਂ ਪੁੱਟਣ ਵਾਲੀ ਸੀਗੀ ਮੂਲੀਆਂ ਉਧਰ ਐਡੀ ਐਡੀਆਂ ਗੇਟ ਗੇਟ ਹੋਈਆਂ ਇਹ ਮੂਲੀਆਂ ਪੁੱਟ ਗਿਆ ਅਰਬੀ ਪੁੱਟ ਗਿਆ ਸਾਰਾ ਕੁਝ ਪੁੱਟ ਗਿਆ ਬਾਕੀ ਤੁਹਾਨੂੰ ਇਹ ਹੈਰਾਨੀ ਹੋਗੀ ਸੁਣ ਕੇ ਵੀ ਕੱਲੀ ਮੂਲੀ ਲਾਲ ਨਹੀਂ ਲੱਗਦੀ ਇਹਦੀਆਂ ਡੰਡੀਆਂ ਵੀ ਲਾਲ ਹੁੰਦੀਆਂ ਜਿਵੇਂ ਜਿਹੜਾ ਬੂਟਾ ਹੁੰਦਾ ਤੇ ਇਹਦੇ ਗਾਂ ਜਿਹੜੇ ਮੂੰਗਰੇ ਲੱਗਦੇ ਉਹ ਵੀ ਲਾਲ ਹੁੰਦੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਾਂ ਸ਼ੁਰੂਆਤ ਕਰ ਰਹੇ ਹਾਂ ਆਪਣੇ ਗਾਰਡਨ ਤੋਂ ਜਿਹੜਾ ਆਪਾਂ ਛੋਟਾ ਜਿਹਾ ਗਾਰਡਨ ਘਰ ਦੇ ਨਾਲ ਬਣਾਇਆ ਤੇ ਜਿੱਦਾਂ ਕਿ ਆਪਾਂ ਕਾਫੀ ਸਮਾਂ ਘਰੋਂ ਬਾਹਰ ਰਹੇ ਹਾਂ ਟਰੈਵਲਿੰਗ ਕਰਦੇ ਰਹੇ ਤੇ ਜਿਹੜੀ ਬੀਜਾ ਬਜਾਈ ਸੀਗੀ ਉਹਦਾ ਹਾਲ ਇਹੋ ਜਿਹਾ ਹੋ ਗਿਆ ਮਤਲਬ ਪਾਲਕ ਬੀਜੀ ਸੀ ਸਰੋਂ ਬੀਜੀ ਸੀ ਧਨੀਆ ਬੀਜਾ ਸੀ ਇਸ ਜਗ੍ਹਾ ਦੇ ਉੱਤੇ ਕਿਆਰੀਆਂ ਬਣਾ ਕੇ ਤੇ ਉਹ ਕੁਝ ਵੀ ਨਹੀਂ ਹੋਇਆ ਜਿਵੇਂ ਆ ਸਾਗ ਦੇਖੋ ਕਿਉਂਕਿ ਇਹ ਚੀਜ਼ ਸਫਾਈ ਭਾਲਦੀ ਹੈ ਤੇ ਸਫਾਈ ਆਪਾਂ ਕੀਤੀ ਨਹੀਂ ਹੈ ਹੀ ਨਹੀਂ ਸੀ ਇੱਥੇ ਕਰਨੀ ਕੀ ਸੀ ਤੇ ਇਹ ਮੂੰਗਫਲੀ ਆ ਮੂੰਗਫਲੀ ਕਾਫੀ ਠੀਕ ਅਗਲੇ ਮਹੀਨੇ ਨੂੰ ਪੁੱਟਾਂਗੇ ਤੇ ਫਿਰ ਕੰਮ ਜ਼ਿਆਦਾ ਸੀ ਫਿਰ ਇੱਕ ਬੰਦਾ ਲਾਇਆ ਆਪਾਂ ਅੱਜ ਤੇ ਉਹ ਕਰ ਰਿਹਾ ਸਫਾਈ ਹਾਂ ਵੀ ਕਿਵੇਂ ਠੀਕ ਠਾਕ ਆ ਚਾਹ ਚੂ ਪੀ ਲਈ ਹਾਂ ਚਲੋ ਠੀਕ ਆ ਲੱਗਾ ਰਿਹਾ ਬਸ ਸ਼ਾਬਾਸ਼ ਤੇ ਜਿਹਦੇ ਵਿੱਚ ਬੂਟੇ ਲੱਗੇ ਨਾ ਅਰਬੀ ਵਗੈਰਾ ਦੇ ਬਚਾ ਲੈਣੇ ਆ ਠੀਕ ਹੈ ਕਰਤਾ ਕਰਤਾ ਉਹੀ ਕੰਮ ਜੀ ਤੋਂ ਮੈਂ ਡਰਦੀ ਸੀ ਸਾਨੂੰ ਆਪਾਂ ਬੰਦੇ ਨੂੰ ਮੈਂ ਤਾਂ ਨਹੀਂ ਸੀ ਕਿਸੇ ਬਾਹਰ ਵਾਲੇ ਨੂੰ ਲਾਉਂਦੀ ਹੁੰਦੀ ਕੰਮ ਕਰਨ ਤੇ ਆਪ ਹੀ ਆਪਾਂ ਕਰਦੇ ਹੁੰਦੇ ਸੀਗੇ ਕਿਉਂਕਿ ਜਿਹੜੀ ਚੀਜ਼ ਆਪਾਂ ਬੀਜੀ ਆਪਾਂ ਨੂੰ ਉਹਦਾ ਚੀਜ਼ ਦਾ ਪਤਾ ਵਾ ਜਿਵੇਂ ਹੁਣ ਧਨੀਆ ਪਾਲਕ ਜਿਹੜੀ ਸਾਰਾ ਕੁਝ ਹੋਇਆ ਵਾ ਉਹਦੇ ਵਿੱਚੋਂ ਘਾਹ ਕੱਢਣਾ ਥੋੜਾ ਮਿਹਨਤ ਵਾਲਾ ਕੰਮ ਤੇ ਮਿਹਨਤ ਵਾਲਾ ਕੰਮ ਹੀ ਲੇਬਰ ਘੱਟ ਹੀ ਕਰਦੀ ਹੈ ਹਨਾ ਉਹਨੂੰ ਆਪਾਂ ਕਿਹਾ ਕਿੱਡੇ ਕਿੱਡੇ ਬੂਟੇ ਸੀ ਮੈਂ ਕਿਹਾ ਤੂੰ ਹੋਰ ਨਹੀਂ ਕੁਛ ਤੇ ਅਰਬੀ ਜਿੱਥੇ ਆ ਹਲਦੀ ਉੱਥੇ ਲੱਗ ਜਾ ਅਰਬੀ ਦੇ ਬੂਟੇ ਦੇਖੋ ਵੱਢ ਵੱਢੀ ਸੁੱਟ ਦਿੱਤੇ ਉੱਤੋਂ ਇਹਦਾ ਨਹੀਂ ਅਰਬੀ ਰਹਿੰਦੀ ਆ ਕਹਿੰਦਾ ਮੈਨੂੰ ਦੂਜਾ ਪਤਾ ਨਹੀਂ ਕਿਹਾ ਹੈ ਕਹਿੰਦਾ ਮੈਂ ਚੁੱਕ ਕੇ ਲੈ ਕੇ ਆਈ ਉੱਥੇ ਸਾਰੇ ਜਿਹੜਾ ਨੇ ਘਾਹ ਵੱਢਿਆ ਸੀ ਇੱਕ ਚਾਲੂ ਹੋ ਗਏ ਤੇ ਇੱਧਰ ਮੈਂ ਕੱਢ ਰਹੀ ਅਰਬੀ ਫਿਰ ਇਹਨੂੰ ਆਪਾਂ ਧੋ ਕੇ ਤੇ ਬਣਾਵਾਂਗੇ ਦੀ ਸਬਜ਼ੀ ਤੇ ਪਰ ਇਹਨੇ ਅੱਧੇ ਦੂਰ ਜਿਹਨੂੰ ਕਹਿੰਦੇ ਨਾ ਉਹ ਕਰ ਦਿੱਤਾ ਪਹਿਲਾਂ ਇਹ ਕਹਿੰਦਾ ਵੀ ਮੈਂ ਕਿਹਾ ਪਤਾ ਨਹੀਂ ਇਹ ਕੀ ਚੀਜ਼ ਆ ਤੇ ਮੈਂ ਕੋਟ ਦਿੱਤਾ ਮੈਂ ਇਹਨੂੰ ਕਿਹਾ ਮੈਂ ਕਿਹਾ ਅਰਬੀ ਹੈ ਸਾਡੇ ਇੱਥੇ ਸਬਜ਼ੀ ਬਣਦੀ ਹੈ ਤੇ ਫਿਰ ਕਹਿੰਦਾ ਹਾਂ 80 ਰੁਪਏ ਕਿਲੋ ਆਤੀ ਆਲੂ ਜੇ ਅਸੀਂ ਸਬਜ਼ੀ ਬਣਦੀ ਹੈ ਤੇ ਮੈਂ ਜੀ ਤੈਨੂੰ ਪਤਾ ਹੈ ਵੀ ਪੁੱਟਿਆ ਗਿਓ ਹੁਣ ਮੈਂ ਕਿਹਾ ਚੱਲ ਗੁੱਡ ਇਹਨੂੰ ਨੂੰ ਬਹੁਤ ਪਸੰਦ ਆ ਅਰਬੀ ਦਮ ਅਰਬੀ ਜਦੀ ਖਾਂਦਾ ਤਾਂ ਇਹਦੇ ਨਾਲ ਕਚਾਲੂ ਹੁਣ ਨਾਲੋਂ ਨਾਲੋਂ ਆਪਾਂ ਅਰਬੀ ਲਾ ਕੇ ਤੇ ਕਚਾਲੂ ਵੱਖਰੇ ਕਰਕੇ ਨਾਲੇ ਪੁੰਨ ਨਾਲੇ ਫਲੀਆਂ ਦੇਖੋ ਹਨਾ ਉਦਾਂ ਆਪਾਂ ਇੰਨੀ ਇਕੱਠੀ ਤੋੜਨੀ ਨਾ ਕੱਢਣੀ ਸੀਗੀ ਆਹੋ ਮੈਨੂੰ ਇਹ ਸੀ ਚੱਲ ਮੈਂ ਕਿਹਾ ਥੋੜੀ ਹੋਰ ਹੌਲੀ ਹੌਲੀ ਖਾਂਦੇ ਰਹਾ ਹਾਂ ਕਿਉਂਕਿ ਗੱਲ ਪਤਾ ਕੀ ਆਪਾਂ ਇੱਕ ਇੱਕ ਦੋ ਦੋ ਬੂਟਾ ਪੁੱਟਦੇ ਨਾ ਹੁਣ ਇੰਨੀ ਇਕੱਠੀ ਹੋ ਜਾਣੀ ਸਾਰੀ ਆਪਣੀ ਅਜੇ ਮੈਂ ਕੁਝ ਬੂਟੇ ਨੂੰ ਕਹਿ ਦਿੱਤਾ ਮੈਂ ਭਰਾਵਾ ਹੁਣ ਨਾ ਪੁੱਟੀ ਅਸੀਂ ਦੁਬਾਰਾ ਲੋੜ ਹੋਊ ਫਿਰ ਪੁੱਟ ਲਾਂਗੇ ਬਾਕੀ ਇਹ ਵਲੌਗ ਮੈਂ ਇਸ ਕਰਕੇ ਨਹੀਂ ਬਣਾ ਰਹੀ ਵੀ ਤੁਹਾਨੂੰ ਮੈਂ ਦੱਸਾਂ ਵੀ ਸਾਡੇ ਕਚਾਲੂ ਨਿਕਲੇ ਜਾਂ ਭਈਏ ਨੇ ਕਚਾਲੂ ਪੁੱਟਤੇ ਆਪਾਂ ਇਸ ਕਰਕੇ ਕਹਿ ਰਹੇ ਕਿਉਂਕਿ ਕਈ ਭੈਣਾਂ ਦੇ ਮੈਨੂੰ ਨਾ ਆ ਚੁੱਕੇ ਸੀਗੇ ਮੈਸੇਜ ਵੀ ਅਸੀਂ ਮੈਡਮ ਸਰਦੀ ਦੀਆਂ ਸਬਜ਼ੀਆਂ ਲਾਉਣੀਆਂ ਵਾ ਚਾਹੇ ਆਪਣੇ ਗਾਰਡਨ ਦਾ ਤੁਸੀਂ ਟੂਰ ਨਹੀਂ ਕਰਾ ਰਹੇ ਕਾਫੀ ਦੇਰ ਹੋ ਗਿਆ ਆਪਾਂ ਟੂਰ ਕਰਾਇਆ ਵੀ ਨਹੀਂ ਗਾਰਡਨ ਦਾ ਤੇ ਸਾਨੂੰ ਦੱਸੋ ਅਸੀਂ ਸਬਜ਼ੀਆਂ ਲਾਉਣੀਆਂ ਨਾਲੇ ਗਾਰਡਨ ਦਾ ਟੂਰ ਕਰਾਓ ਜਿਹੜੇ ਗਾਰਡਨ ਲਵਰ ਆ ਨਾ ਉਹਨਾਂ ਨੂੰ ਬਹੁਤ ਵਧੀਆ ਲੱਗਦੀ ਹੈ ਵਲੌਗ ਸੋ ਉਹਨਾਂ ਵਾਸਤੇ ਅੱਜ ਆਪਾਂ ਵਲੌਗ ਬਣਾ ਰਹੇ ਹਾਂ ਹੁਣ ਤਾਂ ਗਾਰਡਨ ਅਜੇ ਆਪਣਾ ਵੇਖਿਆ ਨਹੀਂ ਜਾਂਦਾ ਬਹੁਤ ਜ਼ਿਆਦਾ ਘਾਹ ਵਾ ਇਹਦੇ ਵਿੱਚ ਤੇ ਜਦੋਂ ਪੂਰਾ ਸਾਫ਼ ਹੋ ਗਿਆ ਸਬਜ਼ੀਆਂ ਜਿਹੜੀਆਂ ਲਾਉਣੀਆਂ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਕਿਹੜੀਆਂ ਕਿਹੜੀਆਂ ਆਪਾਂ ਇੱਥੇ ਸਬਜ਼ੀਆਂ ਲਾ ਚੁੱਕੇ ਉਹ ਵੀ ਦੱਸਾਂਗੇ ਤੇ ਮੂੰਗਫਲੀ ਕਦੋਂ ਪੱਟੀ ਜਾਂਦੀ ਆ ਪ੍ਰੋਪਰਲੀ ਜਿਹਨੂੰ ਪਤਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤਰੀਕ ਅੱਜ ਹੈਗੀ ਆ 15/10/2023 ਹਾਂ ਮਤਲਬ ਤੁਹਾਡੇ ਕੋਲ ਵਲੌਗ ਪਤਾ ਨਹੀਂ ਕਦੋਂ ਆਉਂਦਾ ਕਿਉਂਕਿ ਸਾਡੇ ਕੋਲ ਪਹਿਲਾਂ ਵਾਲੇ ਬਹੁਤ ਸਾਰੇ ਵਲੌਗ ਅਪਲੋਡ ਕਰਨ ਵਾਲੇ ਪਏ ਨੇ ਅਜੇ ਤੇ ਬਾਕੀ ਜਿਹਨੂੰ ਪਤਾ ਹੋਵੇ ਨਾ ਕਿ ਕਿਹੜੇ ਮਹੀਨੇ ਪੱਟੀ ਜਾਂਦੀ ਆ ਉਹ ਦੱਸਿਓ ਜੀ ਟਾਈਮ ਵੱਜ ਗਿਆ ਜੀ ਲਗਭਗ 4:30 ਤੇ ਸਰਵਣ ਨੇ ਕੰਮ ਕਾਫੀ ਖਿੱਚਤਾ ਤੇ ਜਿੰਨੀਆਂ ਇਹ ਗੱਲਾਂ ਕਰਦਾ ਸੀ ਉਹਨਾਂ ਇਹਨੇ ਕੰਮ ਵੀ ਕੀਤਾ ਵੈਸੇ ਤੇ ਮੌਸਮ ਠੀਕ ਆ ਜੇ ਗਰਮੀ ਹੁੰਦੀ ਤਾਂ ਸ਼ਾਇਦ ਅੱਜ ਸਵੇਰ ਦਾ ਮਾਹੌਲ ਇਹੋ ਜਿਹਾ ਬਣਾਤਾ ਆਪਾਂ ਕਿਆਰੀਆਂ ਦਾ ਕਿਉਂਕਿ ਇੱਥੇ ਹੁਣ ਬੀਜ ਵੀ ਬੀਜਣੇ ਸੀਗੇ ਦੁਬਾਰਾ ਹੁਣ ਪੂਰੀ ਕੇਅਰ ਰੱਖਾਂਗੇ ਤੇ ਬੀਜ ਆਪਾਂ ਕਿਹੜੇ ਕਿਹੜੇ ਲੈ ਕੇ ਆਏ ਆ ਦੇਖੋ ਇਹ ਹੈ ਜੀ ਸਰੋਂ ਜੀ ਸਿਆ ਸਾਰੀ ਚੌੜੇ ਪੱਤੇ ਵਾਲੀ ਵੀ ਦੂਜੀ ਵੀ ਓਕੇ ਇਹ ਹੈਗੇ ਮਟਰ ਜੀ ਇਹ ਹੈਗੇ ਚੁਕੰਦਰ ਚੁਕੰਦਰ ਬਹੁਤ ਸੋਹਣਾ ਰੰਗ ਲਾਇਆ ਵੈਨਾ ਹਨਾ ਇਹ ਜੀ ਮੂਲੀ ਦਵਾਈ ਹੁੰਦੀ ਹੈ ਅੱਛਾ ਦਵਾਈ ਇਹ ਧਨੀਆ ਜੀ ਇਹ ਗਾਜਰਾ ਜੀ ਇਹ ਸ਼ਲਗਮ ਸ਼ਲਗਮ ਤੇ ਆ ਜਿਹੜੀ ਪਟਾਰੀ ਦੇ ਵਿੱਚ ਹੈ ਸਪੈਸ਼ਲ ਚੀਜ਼ ਹੈ ਇਹ ਡਬਲ ਡਬਲ ਲਫਾਫੇ 'ਚ ਆਪਾਂ ਵਲੀਟੀ ਆ ਬਹੁਤ ਕੀਮਤੀ ਚੀਜ਼ ਹੁੰਦੀ ਹੈ ਜਿਹੜੀ ਕਿ ਮਹਿੰਗਾ ਵੀ ਮਿਲਦਾ ਤੇ ਵੀ ਹੈਗਾ ਜੀ ਇਹ ਲਾਲ ਮੂਲੀ ਦਾ ਵੇਖਣ ਨੂੰ ਤੁਹਾਨੂੰ ਲੱਗੂ ਕਸੱਟਾ ਜਿਹਾ ਵੀ ਆ ਪਰ ਇਹਦੇ ਫਾਇਦੇ ਬਹੁਤ ਨੇ ਲਾਲ ਮੂਲੀ ਆ ਜਿਵੇਂ ਇਹ ਵਾਲੀ ਮੂਲੀ ਜਿਹੜੀ ਹੈ ਜਿਹਦੇ ਬੀ ਲਾਲ ਨੇ ਉਹ ਮੂਲੀ ਨਿਕਲੂਗੀ ਚਿੱਟੀ ਨੋਰਮਲ ਇਹਦੇ ਵੀ ਬਹੁਤ ਗੁਣ ਹੁੰਦੇ ਨੇ ਪਰ ਇਹਦੇ ਨੋਰਮਲ ਗੁਣ ਹੁੰਦੇ ਨੇ ਤੇ ਇਹ ਜਿਹੜੀ ਮੂਲੀ ਦੇ ਬਹੁਤ ਹੀ ਜ਼ਿਆਦਾ ਫਾਇਦੇ ਹੁੰਦੇ ਹਨ ਕੈਂਸਰ ਵਰਗੀਆਂ ਬਿਮਾਰੀਆਂ ਨੂੰ ਵੀ ਇਹ ਲਾਲ ਮੂਲੀ ਠੀਕ ਕਰਦੀ ਹੈ ਸੋ ਇਹ ਥੋੜ੍ਹਾ ਮਹਿੰਗਾ ਆਉਂਦਾ ਵੀ ਮਿਲਦਾ ਵੀ ਘੱਟ ਆ
कई भैणां दी अग्गे वी मैनूं रिक्वेस्ट आई, मैडम सानूं दसो कित्थों मिलदा बी, असीं वी पता ही करके आउने, कदी किसे दुकान तों मिल जांदा किसे तों नहीं मिलदा सानूं। बाकी सारे भी एक दुकान तों मिले आ, इह वखरी होर किसे दुकान तों पा जांदा, जिहड़ी वड्डी दुकान इह जिच्चे दवाईआं दवूईआं सारे बी बू हुंदे आ ना, उहनां सानूं ना करती सीगी कि इक मूली आउंदी आ अद्धी चिट्टी अद्धी लाल, जिहड़ी कि अपने रोपड़ च ज्यादा आउंदी आ, ते इक मूली हुंदी पूरी लाल। ਤੁਸੀਂ ਪੂਰੀ ਲਾਲ ਮੂਲੀ ਮੰਗੋਗੇ ਨਾ ਤੇ ਉਹਨਾਂ ਨੇ ਤੁਹਾਨੂੰ ਕਹਿਣਾ ਜੀ ਸ਼ਲਗਮ ਵਾਲੀ ਮੂਲੀ ਹੈਗੀ ਹੈ, ਇੱਕ ਸ਼ਲਗਮ ਵਾਲੀ ਵੀ ਲਾਲ ਮੂਲੀ ਆਉਂਦੀ ਆ, ਪਰ ਆਪਾਂ ਜਿਹੜੀ ਲੰਬੀ ਮੂਲੀ ਹੁੰਦੀ ਹੈ ਚਿੱਟੀ ਉਹਦੇ ਵਾਂਗੂ ਹੀ ਲਾਲ ਮੂਲੀ ਲੈਣੀ ਹੈ, ਅਤੇ ਬਾਹਰ ਹੁੰਦੀ ਜਿਵੇਂ ਗਾਜਰਾਂ ਵਾਂਗੂ ਫੋਟੋ ਬਣੀ ਹੁੰਦੀ ਆ, ਥੋੜ੍ਹਾ ਮਹਿੰਗਾ ਵੀ ਆਉਂਦਾ ਵਾ ਵੀ ਪੈਕਟ ਇਹਦਾ ਮੰਨੀਏ ਜੇ 70 ਰੁਪਏ ਦਾ 1800 ਰੁਪਏ ਕਿਲੋ ਹੀ ਹੈ ਨਾ, ਹਾਂ ਪਤਾ ਨਹੀਂ ਕਿੰਨਾ ਸੀਗਾ, ਅਤੇ ਪਰੰਤੂ ਆਪਾਂ ਆਹ 20 ਰੁਪਏ ਦੇ ਬੀਜ ਲੈ ਕੇ ਆਏ ਅਤੇ ਮੇਰੇ ਹਿਸਾਬ ਨਾਲ ਸਾਰਾ ਸੀਜ਼ਨ ਮੁੱਕਣੇ ਨਹੀਂ ਆਪਾਂ ਨੂੰ, ਕਾਫੀ ਆ। ਬਾਕੀ ਤੁਹਾਨੂੰ ਇਹ ਹੈਰਾਨੀ ਹੋਊਗੀ ਸੁਣ ਕੇ ਵੀ ਇਕੱਲੀ ਮੂਲੀ ਲਾਲ ਨਹੀਂ ਲੱਗਦੀ, ਇਹਦੀਆਂ ਡੰਡੀਆਂ ਵੀ ਲਾਲ ਹੁੰਦੀਆਂ, ਜਿਵੇਂ ਜਿਹੜਾ ਬੂਟਾ ਹੁੰਦਾ ਤੇ ਇਹਦੇ ਗਾਂ ਜਿਹੜੇ ਮੂੰਗਰੇ ਲੱਗਦੇ ਉਹ ਵੀ ਲਾਲ ਹੁੰਦੇ। ਕੋਸ਼ਿਸ਼ ਕਰਦੇ ਆਪਾਂ ਇਹ ਸਾਰੀਆਂ ਸਬਜ਼ੀਆਂ ਦੇ ਬੀ ਲਾਉਣ ਦੀ ਵੀ ਜੇ ਹੋ ਗਏ ਤੇ, ਕਿਉਂਕਿ ਆਪਣੀ ਤਾਂ ਕੋਸ਼ਿਸ਼ ਹੀ ਆ, ਮਿਹਨਤ ਆ, ਐਰਕੀ ਇੰਨਾ ਹੀ ਸਿੱਖ ਲਿਆ ਵੀ ਲਾ ਕੇ ਇਹਨੂੰ ਛੱਡਣਾ ਨਹੀਂ। ਕੋਈ ਵੀ ਚੀਜ਼ ਆ, ਚਾਹੇ ਉਹ ਡੰਗਰ ਆ, ਚਾਹੇ ਉਹ ਬੱਚਾ ਵਾ, ਚਾਹੇ ਉਹ ਘਰ ਆ, ਚਾਹੇ ਉਹ ਪੈਸਾ ਵਾ, ਚਾਹੇ ਉਹ ਬਿਜ਼ਨਸ ਆ, ਚਾਹੇ ਉਹ ਗਾਰਡਨ ਆ, ਉਹਦੇ ਉੱਤੇ ਕੇਅਰ ਤੁਹਾਡੀ ਹੋਊਗੀ ਤੇ ਤਾਂ ਹੀ ਤੁਹਾਨੂੰ ਉਹਦਾ ਫਲ ਮਿਲ ਸਕਦਾ। ਅਦਰਵਾਈਜ਼ ਜਿਵੇਂ ਕਹਿੰਦੇ ਨਾ, ਸਾਖ ਮਿਲਦਿਆਂ ਦੇ ਖੇਤ ਵਾਹੁੰਦਿਆਂ ਦੇ। ਅਸੀਂ ਛੱਡ ਕੇ ਗਏ ਸੀਗੇ, ਚਲੋ ਪਾਣੀ ਨੂੰ ਤਾਂ ਕਿਸੇ ਨੂੰ ਕਹਿ ਗਏ ਸੀ ਅਸੀਂ, ਪਰ ਘਾਹ ਇੰਨਾ ਹੋ ਗਿਆ, ਵੈਸੇ ਚੀਜ਼ਾਂ ਆਪਣੀਆਂ ਸਾਰੀਆਂ ਹੋ ਗਈਆਂ ਜੀ ਜੀ ਜੀ, ਪਰ ਜਿਹੜੇ ਭਾਈ ਨੇ ਆ ਕੇ ਕੱਲ੍ਹ ਕੀਤਾ ਨਾ, ਮੇਰਾ ਮਨ ਇੰਨਾ ਖਰਾਬ ਹੋਇਆ। ਦੇਖੋ ਆਹ ਪਿੱਛੇ ਦੇਖੋ ਮੇਰੇ, ਉੱਦਾਂ ਤੁਸੀਂ ਕਹੋ ਕਿ ਸਾਫ਼ ਸਫਾਈ ਕਰਾਈ, ਅਸੀਂ ਪੂਰਾ ਸਾਫ਼ ਸਫਾਈ ਨਹੀਂ ਕਰਕੇ ਗਏ, ਤੇ ਜਿਹੜੀ ਚੀਜ਼ ਨਹੀਂ ਪੁੱਟਣ ਵਾਲੀ ਸੀਗੀ, ਮੂਲੀਆਂ ਉੱਧਰ ਐਡੀ ਐਡੀਆਂ ਗਿੱਠ ਗਿੱਠ ਹੋਈਆਂ, ਇਹ ਮੂਲੀਆਂ ਪੁੱਟ ਗਿਆ, ਪੁੱਟ ਗਿਆ, ਅਰਬੀ ਪੁੱਟ ਗਿਆ, ਸਾਰਾ ਕੁਛ ਪੁੱਟ ਗਿਆ, ਬੜਾ ਗੁੱਸਾ ਆ ਰਿਹਾ। ਅਤੇ ਪੈਸੇ ਵੀ ਦੇ ਗਵਾਏ ਅਤੇ ਆਪਣੀਆਂ ਘਰ ਵੀ ਕਹਿੰਦੇ ਦੇਖ ਗਿਆ, ਸਾਰੀਆਂ ਚੀਜ਼ਾਂ ਵੀ ਗਵਾ ਲਈਆਂ। ਕਿਆਰੀਆਂ ਸੋਹਣੀਆਂ ਬਣ ਗਈਆਂ, ਅਤੇ ਮੈਂ ਪਿਛਲੀ ਵਾਰੀ ਨਾ ਲੀਕਾਂ ਪਾ ਪਾ ਕੇ ਲਾਇਆ ਸੀ, ਮਤਲਬ ਲੈਣਾ ਪਾ ਪਾ ਕੇ, ਅਤੇ ਮੈਡਮ ਹੋਰੀ ਕਹਿਣ ਲੱਗ ਪਏ ਵੀ ਉੱਦਾਂ ਹੁੰਦਾ ਨਹੀਂ ਕੁਛ, ਤੇ ਮੈਂ ਬੈੱਡ ਬਣਾ ਕੇ ਲਾਉਣੇ, ਮੈਂ ਕਿਹਾ ਵੀ ਠੀਕ ਹੈ, ਕਹਿੰਦੇ ਹਿਮਾਚਲ 'ਚ ਮੈਂ ਵੇਖ ਕੇ ਆਈ ਹਾਂ ਬੈੱਡ ਬਣਾਉਣਾ, ਆਪਾਂ ਕਹਿੰਦੇ ਨਾ ਗੋਡੀ ਨਹੀਂ ਹੁੰਦੀ, ਆਪਾਂ ਤਾਂ ਹੀ ਚੀਜ਼ ਵਿੱਚ ਛੱਡਦੇ ਹਾਂ ਵੀ ਇੱਥੇ ਪੈਰ ਰੱਖਿਆ ਜਾਊਗੀ ਤੇ ਗੋਡੀ ਕੀਤੀ ਜਾਊਗੀ, ਨਾਲੇ ਘਾਹ ਕੱਢਿਆ ਜਾਊ। ਉਹਨਾਂ ਨੇ ਸਿਰਫ ਐਡੇ ਐਡੇ ਬੈੱਡ ਨਾ, ਇੰਨੇ ਨੇ ਬੈੱਡ ਤਿਆਰ ਕੀਤੇ, ਇੰਨੇ ਨੇ ਜੀ, ਕਿਆਰੀ ਪੂਰੀ ਵੱਡੀ ਸੀਗੀ ਜੀ, ਐ ਘੇਰੇ ਘੇਰੇ, ਫਿਰ ਉਹਨਾਂ ਥੋੜੀ ਬੈਠਣ ਨੂੰ ਜਗ੍ਹਾ ਛੱਡੀ, ਅੱਛਾ, ਐ ਬਾਹਰ ਬੈਠ ਕੇ ਪੂਰੀ ਨੂੰ ਗੋਡੀ ਕੀਤੀ ਜਾਵੇ ਜਿੱਥੇ ਬਹੁਤ ਜ਼ਿਆਦਾ ਧਨੀਆ ਸੀਗਾ, ਤੇ ਐਨੇ ਐਨੇ ਬੈੱਡ ਬਣਾ ਕੇ ਉਹਨਾਂ ਨੇ ਪੂਰਾ ਐ ਭਰਿਆ ਪਿਆ ਸੀ ਬੈੱਡ ਉਹਨਾਂ ਦਾ। ਸਟੈਪ ਖੇਤੀ ਜਿਵੇਂ ਕਿਹੜੀ ਜਗ੍ਹਾ ਦੇਖੀ ਸੀ, ਜਿੱਥੇ ਆਪਾਂ ਉਹ ਰਾਜਗੁੰਦਾ, ਅੱਛਾ ਰਾਜਗੁੰਦਾ, ਤੋਂ ਰਾਜਗੁੰਦਾ ਤੋਂ ਪਿੱਛੇ ਕੁੱਕੜਗੁੰਦਾ, ਨਹੀਂ ਰਾਜਗੁੰਦਾ ਤੋਂ ਪਿੱਛੇ ਜਿੱਥੇ ਗੋਭੀ ਦੀ ਤੇ ਧਨੀਆ ਦੀ ਜਿੱਥੇ ਬਹੁਤ ਜ਼ਿਆਦਾ ਖੇਤੀ ਹੁੰਦੀ ਸੀਗੀ। ਹਾਂ ਇੱਕ ਪਹਿਲਾਂ ਸ਼ਹਿਰ ਆਇਆ ਸੀਗਾ, ਕੋਈ ਸ਼ਹਿਰ ਆਇਆ ਸੀ ਪਹਿਲਾਂ, ਤੇ ਉੱਥੇ ਸੀਗੀ ਇੱਦਾਂ ਵੀ ਉਹਨਾਂ ਨੇ ਐਦੇ ਵਿੱਚ ਮੁੜ ਕੇ ਛੱਟਾ ਦਿੱਤਾ ਸੀ ਤੇ ਐ ਪੂਰੀ ਕਿਆਰੀ ਭਰੀ ਪਈ ਸੀ। ਕਿਆਰੀਆਂ ਐਡੀ ਐਡੀ ਲੰਬੀਆਂ ਹੀ ਸੀਗੀਆਂ ਜੀ, ਵਿੱਚ ਉਹਨਾਂ ਦੇ ਵਿੱਚ ਐ ਬੈੱਡ ਬਣਾਏ ਛੋਟੇ ਛੋਟੇ। ਚਲੋ ਦੇਖ ਲਓ ਐਕਸਪੈਰੀਮੈਂਟ ਕਰਕੇ, ਜਿਵੇਂ ਆਪਾਂ ਗੁੱਡੂ ਨੂੰ ਕਹਿੰਦੇ ਆ, ਮੈਂ ਜਦੋਂ ਕਿਹਾ ਮੈਂ ਕਿਹਾ ਧਨੀਆ ਵੇਖੋ ਬੈੱਡ ਬਣਾਉਣਾ, ਲੈ ਗੁੱਡੂ ਕਹੇ ਮੈਨੂੰ ਵਿਖਾਓ ਕਿੱਥੇ, ਇਹ ਜਾਣ ਕੇ ਚੜੀ ਜਾਣ, ਹਾਂ ਲੱਕੜ ਕਿੰਨੀ ਸੋਹਣੀ ਲਾਈ ਬੈੱਡ ਨੂੰ, ਕਿੱਡਾ ਮਹਿੰਗਾ ਬਣਾਇਆ ਬੈੱਡ, ਉਹ ਵੇਖ ਕੇ ਵੀ ਬੈੱਡ ਕਿਹੜਾ ਹੁੰਦਾ। ਹੁਣ ਆਪਾਂ ਲਾ ਦਿੰਦੇ ਇੱਦਾਂ ਹੀ, ਵੀ ਚੰਗੀ ਤਰ੍ਹਾਂ ਜ਼ਮੀਨ 'ਚ ਜਾਣਾ ਚਾਹੀਦਾ, ਭਾਵੇਂ ਬੈੱਡ ਬਣਾ ਕੇ ਲਾ ਲਓ ਅਤੇ ਭਾਵੇਂ ਵੱਟਾਂ 'ਚ ਲਾ ਲਓ, ਕਈਆਂ ਨੇ ਤਾਂ ਘੜਿਆਂ 'ਚ ਵੀ ਲਾਇਆ ਹੈ ਨਾ, ਕਿੰਨਾ ਸੋਹਣਾ ਲੱਗਦਾ। ਮੇਰਾ ਉਹਦਾ ਕਾਰਨ ਇਹ ਸੀ ਨਾ, ਲਾਈਨਾਂ 'ਚ ਬਣਾ ਕੇ ਲਾਉਂਦਾ ਵੀ ਬਾਅਦ 'ਚ ਜੋ ਘਾਹ ਹੁੰਦਾ ਗੋਡੀ ਕਰਨੀ ਸੌਖੀ ਰਹਿੰਦੀ ਆ, ਅਤੇ ਇਹਦਾ ਵਿੱਚ ਹੀ ਘਾਹ ਹੋ ਗਿਆ ਨਾ। ਚਲੋ ਕੋਈ ਨਹੀਂ, ਹੋਵੇ ਤਾਂ ਸਹੀ ਕੁਛ ਨਾ ਕੁਛ, ਪਿਛਲੀ ਤਾਂ ਕੁਛ ਵੀ ਨਹੀਂ ਹੋਇਆ, ਇਕੱਲਾ ਘਾਹ ਹੀ ਹੋ ਗਿਆ ਸੀਗਾ। ਪਿਛਲੀ ਵਾਰੀ ਇਹ ਵੀ ਹੋ ਗਿਆ, ਅਸੀਂ ਬੀਜ ਕੇ 2 ਦਿਨ ਪਾਣੀ ਨਾ ਦਿੱਤਾ ਗਿਆ, ਟਾਈਮ ਨਹੀਂ ਲੱਗਿਆ, ਅਤੇ ਉਹ ਜਿਹੜਾ ਇੱਥੋਂ ਖਾਸ ਕਰਕੇ ਸਾਡੇ ਰੋਪੜ 'ਚ ਬਹੁਤ ਜ਼ਿਆਦਾ ਕੀੜੇ ਨੇ, ਜਿਹੜਾ ਵੱਡਾ ਕੀੜਾ ਹੁੰਦਾ ਨਾ, ਕੀੜੀ ਤੋਂ ਵੱਡਾ ਕੀੜਾ ਹੁੰਦਾ ਜਿਹੜਾ, ਉਹ ਸਾਰਾ ਦਾਣਾ ਹੀ ਚੁੱਕ ਕੇ ਲੈ ਜਾਂਦੇ, ਪੰਛੀ ਵੀ ਲੈ ਜਾਂਦੇ, ਪੰਛੀ ਜਿਹੜੇ ਹੋਰ ਹੁੰਦੇ ਨਾ, ਵੈਸੇ ਤਾਂ ਹੀ ਦਵਾਈ ਮਿਲਾ ਲਾਈ ਜਾਂਦੀ ਇਹਨਾਂ ਨੂੰ, ਹਾਂ ਹਾਂ ਪੰਛੀ ਨਾ ਲੈ ਕੇ ਜਾਣ, ਉਹ ਨਾਰਮਲ ਸਰੋਂ ਸੀ ਨਾ ਆਪਣੀ, ਓਕੇ, ਉਹ ਤਾਂ ਕਰਕੇ ਚੁੱਕ ਕੇ ਲੈ ਗਏ। ਕਿਆਰੀਆਂ 'ਚ ਆਪਾਂ ਸਾਰਾ ਕੁਛ ਬੀਜਤਾ, ਇੱਥੇ ਬੀਜਤਾ ਆਪਾਂ ਧਨੀਆ, ਉੱਧਰ ਵਿੱਚ ਮੇਥੀ, ਇੱਥੇ ਬੀਜ ਸ਼ਲਗਮ ਵੱਟਾ ਪਾ ਕੇ, ਉਹ 'ਚ ਬੀਜ ਪਾਲਕ, ਮੂਲੀਆਂ ਲੱਗੀ ਲਾਉਣ, ਇੱਕ ਵੱਟ ਸੀਗੀ ਇੱਧਰੋਂ ਭਾਈ ਨੇ ਚੰਗੀ ਤਰ੍ਹਾਂ ਸਾਫ਼ ਨਹੀਂ ਕੀਤਾ, ਮੈਂ ਕਿਹਾ ਚੱਲ 2 ਵੱਟਾਂ ਬਣਾ ਦਿੰਦੀ ਹਾਂ, ਇੱਥੇ ਲਾਵਾਂਗੇ ਮੂਲੀਆਂ। ਉੱਧਰ ਜਿਹੜੀ ਕਿਆਰੀ ਉਹਨੂੰ ਚੰਗੀ ਤਰ੍ਹਾਂ ਗੋਡ ਕੇ ਸਾਫ਼ ਕਰਕੇ ਹੁਣ ਪਾਣੀ ਲਾ ਤਾ, ਕਿਉਂਕਿ ਬਹੁਤ ਹੀ ਸੁੱਕੀ ਸੀਗੀ, ਅਤੇ ਮੈਂ ਟਿੱਡੀ ਨੂੰ ਕਿਹਾ ਟਿੱਡੀ ਜਿਹਾ ਚਾਹ ਬਣਾ ਕੇ ਲਿਆਂਦਰੋਂ ਥੱਕ ਗਏ, ਅਤੇ ਕਹਿੰਦੀ ਮੈਂ ਨਹੀਂ ਜਾਣਾ ਗਾ, ਮੈਂ ਕਿਹਾ ਕਹਿੰਦੀ ਅਨੂ ਨੂੰ ਭੇਜ ਦਿਓ, ਵੀਰੇ ਨੂੰ ਭੇਜ ਦਿਓ, ਮੈਂ ਕਿਹਾ ਉਹ ਕੰਮ ਕਰਦਾ ਪਿਆ, ਗੋਡੀ ਕਰਦਾ ਪਿਆ, ਅਤੇ ਤੂੰ ਚੱਲ ਜਾ, ਨਹੀਂ ਤਾਂ ਉਹਦੇ ਵਾਲਾ ਕੰਮ ਤੈਨੂੰ ਕਰਨਾ ਪਊ। ਕਹਿੰਦੀ ਉਹ ਕਰ ਲਉਂਗੀ, ਚਾਹ ਨਹੀਂ ਬਣਾਉਣੀ, ਉੱਧਰ ਦੇਖ ਲਓ ਉਹ ਕਿਆਰੀ ਜਿਹੜੀ ਸਾਰੀ ਤੁਹਾਨੂੰ ਵਿਖਾਈ ਪਹਿਲਾਂ, ਜਿੱਥੋਂ ਮੱਕੀ ਆ ਕੁੱਟੀ, ਟਿੱਡੀ ਹੈ ਜਿਹੜੀ, ਤਾਂ ਹੀ ਇਹਨੂੰ ਅਸੀਂ ਕੀੜੀ ਕਹਿੰਦੇ ਹਾਂ ਨਾ, ਸਾਰੀ ਪੁੱਟਤੀ ਇਹਨੇ ਨਿੱਕੀ, ਆਪਦੀ ਬੇਤੋਂ ਨਾ ਵੱਧ ਕੰਮ ਕਰਦੀ ਹੈ, ਸਾਰੀ ਗੋੜਤੀ ਦੇਖ ਲਓ ਨਿੱਕੀ ਜੀ ਨੇ। ਪੁੱਤ ਇਹ ਕੰਮ ਸੌਖਾ ਸੀ ਕਿ ਚਾਹ ਬਣਾਉਣੀ, ਇਹ ਕੰਮ ਲੈ ਮੈਂ ਕਰਦਾ, ਫਿਰ ਮੈਂ ਕਰਾਵਾਂ ਤੇਰੀ ਮਦਦ ਪੁੱਤ।
है आपे कर लो। ये सिफत आ जिहड़ा इन्हें काम फड़ लिया ये आपदी बिरत तो वध मतलब आपदा जिन्ना जोर आ उम्र उस तो वध काम करती है ये अनथका काम अनथक काम करती है बिना थकन वाला तो ये थक भी गई तो महसूस नहीं होती है पुत हो गया वे ए महसूस करा रही है भी जिवें भी कुछ किया ही नहीं होंदा हिमाचली क्योंकि सानू हिमाचल चो मिलिया सी बहुत मोटा मोटा मैं चल ओ बीज के देख दे ये देखो ये लसन दियां गंढियां जिहड़ियां बहुत वड्डियां वड्डियां ये बीजदे आ कुछ तो कुछ बीजांगे आपां पंजाब दा ते कुछ हिमाचल दा वेखदे आ किहड़ा वधिया हुंदा ते इस क्यारी दे विच घाह बहुत सी क्योंकि मक्की लगी सी उस च साफ नहीं होया आ बाल्टी पूरी भर गई देख लो जे इन्नी कु क्यारी च ते गोडली चंगी तरह दे हुण पहलां इहदा घाह कढांगे चंगी तरह क्योंकि फिर तां ही चीज़ हुंदी है जे इहनूं चंगी तरह पहलां सवारी क्यारी नूं हुण घाह कढ ते इधर अपनी बीजी सी हल्दी हल्दी के मुढ़ा ने लाती मिट्टी तो नाल ये घा कटता तो वैसे मैं देखा हल्दी नीचे बनी हुई है हाँ तानू आ रही जिहड़े बीज आप इतने पिछले हफ्ते बीजे से लगभग सारे उच्चो पुंगर आए हैं तो ये थोनू जड़ा मैं दिखा लाल मूली दियाँ जड़ा मतलब ये भी काफ़ी काफ़ी हो गई थोड़ी संघनिया ने तो चलो कोई नहीं थोड़िया पतलियां रहनगियां तो घर की खेती तो फिर इदा दी होंगी है तो इस क्यारी बीजी से पालक ये भी फुट आई है तो सामने क्यारी में बीजी आप शलगम तो पिछले साल आप पीले रंग के भी बीजे थे वो भी काफ़ी सोहने हुए थे कि जिहड़ियां तुहानू आ वट्टां नज़र आ रही इस ते बीजी आप गाजर उस तो अगली जी क्यारी है ये बीजी आप मेथी तो एच धनिया धनिया हजे होया नहीं धनिया लेट उगता पानी लावांगे फिर उगा उगा जो होर हो जिम्मे मूलियाँ गाजर जारिया प्रॉपरली हो गई तो फिर वह भी आप ब्लॉग वक्रा बनावे क्योंकि हूँ जो भैन कहदियाँ सी सानू दसो मैडम जी तुम की बीजे सब्जियां बीजनिया क्योंकि होंगे ही केवल आप जिन्हू लाइक करिए प्यार करिए आप सेम सेम उ चीज़ा बीजिए सो ये आप लाई सरों जिमें पहली क्यारी फिर पालक मेथी धनिया शलगम चुकंदर सारे ही लगभग जोड़े बीज अपने वो निकल चुके अज ला रहे आप लसन उस तो बाद अगले महीने तक असी मूंगफली पुट के लावे प्याज नाल लावे चाइना साग ਨਾਲ ਇੱਕ ਸਲਾਦ ਜਿਹਾ ਹੁੰਦਾ ਪਤਾ ਨਹੀਂ ਉਹਦਾ ਮੈਨੂੰ ਨਾਂ ਨਹੀਂ ਆਉਂਦਾ ਬੰਦ ਗੋਭੀ ਜਿਹੜਾ ਹੁੰਦਾ ਪਤਾ ਨਹੀਂ ਕੀ ਉਹਨੂੰ ਕਹਿੰਦੇ ਆ ਅਣੂ ਨਾਮ ਲੈਂਦਾ ਹੁੰਦਾ ਉਹਦਾ ਤੇ ਉਹ ਵੀ ਲਾਵਾਂਗੇ ਆਪਾਂ ਹੋਰ ਜਿਹੜੀ ਕੋਈ ਸਬਜ਼ੀ ਹੋਰ ਲਿਆ ਕੇ ਲਾਈ ਉਹ ਵੀ ਆਪਾਂ ਜ਼ਰੂਰ ਵਲੌਗ ਅਗਲੇ 'ਚ ਦੱਸਾਂਗੇ ਸੋ ਇਸ ਵਲੌਗ ਦਾ ਆਪਾਂ ਇੱਥੇ ਐਂਡ ਕਰਦੇ ਹਾਂ ਤੇ ਇਧਰਲੀ ਕਿਆਰੀ ਦੇ ਵਿੱਚ ਆਪਾਂ ਲਾਉਣੇ ਪਿਆਜ਼ ਵਿੱਚ ਤੇ ਕੁਝ ਮਿਰਚਾਂ ਦੇਖੋ ਕਿਵੇਂ ਭਰੇ ਪਏ ਬੂਟੇ ਇਹ ਸਾਰੇ ਅੱਜ ਆਪਾਂ ਇਹਨਾਂ ਨੂੰ ਤੋੜਨਾ ਮਿਰਚਾਂ ਨੂੰ ਸ਼ਿਮਲਾ ਮਿਰਚਾਂ ਵੀ ਵਿੱਚ ਹੋਈਆਂ ਨੇ ਉਹ ਵੀ ਆਪਾਂ ਤੋੜਨੀਆਂ ਤੇ ਵੀ ਤੋੜ ਕੇ ਤੇ ਇਹਨਾਂ ਦੀ ਸਾਫ਼ ਸਫਾਈ ਵੀ ਕਰਕੇ ਤੇ ਉਸ ਤੋਂ ਬਾਅਦ ਚ ਲਾਵਾਂਗੇ ਅਗਲੇ ਮਹੀਨੇ ਤੱਕ ਪਿਆਜ਼ ਸੋ ਜਿੰਨਾ ਭੈਣਾਂ ਨੇ ਆਪਾਂ ਨੂੰ ਇਹ ਵਲੌਗ ਬਣਾਉਣ ਨੂੰ ਆਖਿਆ ਸੀ ਉਹ ਆਪਾਂ ਵਲੌਗ ਬਣਾਤਾ ਤੇ ਹੁਣ ਤੁਸੀਂ ਜਲਦੀ ਜਲਦੀ ਸਾਰੇ ਜਾਓ ਜਿਨ੍ਹਾਂ ਦੇ ਕੋਲ ਜ਼ਮੀਨ ਹੈਗੀ ਆਪਣੀ ਕਿਆਰੀਆਂ ਬਣਾਓ ਤੇ ਸਬਜ਼ੀ ਲਾਓ ਤੇ ਆਪਦੀ ਘਰ ਦੀ ਸਬਜ਼ੀ ਦੇਖੋ ਜਿਨ੍ਹਾਂ ਨੂੰ ਸ਼ੌਂਕ ਆ ਨਾ ਉਹਨਾਂ ਨੇ ਗਮਲੇ 'ਚ ਵੀ ਪੈਦਾ ਕਰ ਲੈਣੀ ਆ ਹਾਂ ਜਿਨ੍ਹਾਂ ਨੇ ਗਮਲੇ 'ਚ ਲਾਉਣੇ ਨਾ ਵਾਕਿਓ ਗਮਲੇ 'ਚ ਵੀ ਲਾ ਲੈਂਦੇ ਆ ਕਿਉਂਕਿ ਧਨੀਆ ਮੇਥੀ ਪਾਲਕ ਅੱਜ ਕੱਲ ਤੁਸੀਂ YouTube ਤੇ ਵੇਖੋ ਲੋਕਾਂ ਨੇ ਛੱਤਾਂ ਭਰੀਆਂ ਪਈਆਂ ਕੱਲਾ ਧਨੀਆ ਮੇਥੀ ਪਾਲਕ ਨਹੀਂ ਲਾਏ ਕਈ ਤਰ੍ਹਾਂ ਦੀਆਂ ਸਬਜ਼ੀਆਂ ਉਹਨਾਂ ਨੇ ਲਾਈ ਸਟਰੀ ਤੇ ਇੱਡੇ ਇੱਕ ਬੈਗ ਦੇ ਆਉਂਦੇ ਇੱਕ ਉਹਦੇ ਵਿੱਚ ਵੀ ਮੂਲੀਆਂ ਵੀ ਲੱਗ ਜਾਂਦੀਆਂ ਸ਼ਲਗਮ ਵੀ ਸਾਰਾ ਕੁਝ ਉਹ ਤਾਂ ਨਾਰਮਲ ਜਿਹੜੇ ਸੀਮੈਂਟ ਵਾਲੇ ਗੱਟੇ ਅਗਰ ਉਹਨੂੰ ਭਰ ਕੇ ਛੱਤੇ ਰੱਖ ਲਿਆ ਜਾਵੇ ਤਾਂ ਉਹ ਚ ਵੀ ਹੋ ਜਾਂਦਾ ਜਿਵੇਂ ਆਪਾਂ ਪਿੰਡ ਦੇਖਿਆ ਸੀ ਉੱਥੇ ਨਹੀਂ ਉਹ ਆਪਾਂ ਕਰਦੇ ਹਾਂ ਦੇਸੀ ਆਪਾਂ ਲੋਕ ਤੇ ਉਹ ਕਰਦੇ ਆ ਪਰ ਇਹਨਾਂ ਵੀ ਜਿਵੇਂ ਆਪਣੀਆਂ ਬੋਰੀਆਂ ਧੁੱਪੇ ਫਟ ਜਾਂਦੀਆਂ ਨਾ ਉਹ ਫਟਦਾ ਨਹੀਂ ਛੇਤੀ ਓਕੇ ਓਕੇ ਉਹ ਕੋਈ ਪਲਾਸਟਿਕ ਦੀ ਨਾਲ ਲੱਗੀ ਹੁੰਦੀ ਆ ਉਹ ਧੁੱਪੇ ਜਿਹੜਾ ਫਟਦਾ ਨਹੀਂ ਆ ਉਹੋ ਜੇ ਤੁਸੀਂ ਲਿਆ ਕੇ ਤੇ ਅਦਰਵਾਈਜ਼ ਤੁਸੀਂ ਗਮਲੇ ਲਿਆ ਕੇ ਨਹੀਂ ਤੇ ਮੈਂ ਪਤਾ ਕੀ ਕਰਦੀ ਹੁੰਦੀ ਸੀ ਪਹਿਲਾਂ ਜਿੱਥੇ ਅਸੀਂ ਪਹਿਲਾਂ ਰਹਿੰਦੇ ਹੁੰਦੇ ਸੀਗੇ ਛਾਤਾਂ ਪਈ ਉਹਦੇ ਉੱਤੇ ਮਿੱਟੀ ਪਾ ਕੇ ਤੇ ਅੱਗੇ ਕੋਈ ਫੱਟੇ ਲਾ ਦਿੰਦੀ ਫੱਟੇ ਨਹੀਂ ਤੇ ਇੱਟਾਂ ਲਾ ਦਿੰਦੀ ਯਾਨੀ ਕਿ ਕਿਆਰੀਆਂ ਮੈਂ ਵੈਸੇ ਹੀ ਉੱਥੇ ਬਣਾ ਦਿੰਦੀ ਸੀ ਹੁਣ ਕਈ ਲੋਕ ਕਹਿਣਗੇ ਸਲਾਬ ਜਾਊਗੀ ਉਹਦੇ ਵਾਸਤੇ ਪਹਿਲਾਂ ਮੈਂ ਕਰਦੀ ਥੱਲੇ ਪਲਾਸਟਿਕ ਦੀ ਸ਼ੀਟ ਵਿਛਾ ਕੇ ਉੱਤੇ ਫਿਰ ਮਿੱਟੀ ਵਿਛਾ ਕੇ ਤੇ ਫਿਰ ਮੈਂ ਉਹ ਜਿਹੜੀ ਚੀਜ਼ ਬੀਜਦੀ ਯਾਨੀ ਕਿ ਸ਼ੌਂਕ ਹੋਣਾ ਚਾਹੀਦਾ ਬੰਦਾ ਹੱਲ ਕੋਈ ਨਾ ਕੋਈ ਕੱਢ ਲੈਂਦਾ ਸੋ ਇਹ ਜਿਹੜੀਆਂ ਭੈਣਾਂ ਕਹਿਣਗੇ ਸਾਡੇ ਕੋਲ ਜ਼ਮੀਨ ਨਹੀਂ ਹੈਗੀ ਸਾਡੇ ਕੋਲ ਜਗ੍ਹਾ ਨਹੀਂ ਹੈਗੀ ਅਸੀਂ ਕਿੱਥੇ ਬੀਜਾਂਗੇ ਤੁਹਾਡੇ ਕੋਲ ਤੁਹਾਡੇ ਘਰ ਹੈਗੇ ਨੇ ਛੱਤਾਂ ਹੈਗੀਆਂ ਤੁਸੀਂ ਉੱਥੇ ਬੀਜ ਸਕਦੇ ਹੋ ਗਮਲਿਆਂ 'ਚ ਬੀਜ ਸਕਦੇ ਹੋ ਕਿਉਂਕਿ ਆਪਣੇ ਘਰ ਦਾ ਜੇ ਧਨੀਆ ਵੀ ਹੋ ਜਾਏ ਨਾ ਉਹਦੇ ਨਾਲ ਦੀ ਵੀ ਰੀਸ ਨਹੀਂ ਹੈ ਜਦੋਂ ਝੱਟ ਫੁੱਟ ਆਪਾਂ ਜਾਂਦੇ ਬਾਹਰ ਜਾ ਕੇ ਧਨੀਆ ਤੋੜ ਲਿਆਈਏ ਪੁਦੀਨਾ ਤੋੜ ਲਿਆਈਏ ਬੜਾ ਮਜ਼ਾ ਆਉਂਦਾ ਵਾ ਸੋ ਥੋੜ੍ਹਾ ਥੋੜ੍ਹਾ ਤੁਸੀਂ ਜਿਹੜੀਆਂ ਭੈਣਾਂ ਚਾਹ ਵਾ ਅਤੇ ਉਹ ਤੁਸੀਂ ਗਮਲਿਆਂ ਦੇ ਵਿੱਚ ਹੀ ਕਰਿਓ ਜੇ ਸੋ ਇਸ ਵਲੌਗ ਦਾ ਇੱਥੇ ਕਰ ਦਿੱਤੀ ਐਂਡ ਅਤੇ ਘਰ ਦੀਆਂ ਸਬਜ਼ੀਆਂ ਖਾ ਕੇ ਕਰਾਂਗੇ ਪੂਰਾ ਸਾਲ ਇੰਜੋਏ ਮਿਲਦੇ ਹਾਂ ਨੈਕਸਟ ਵੀਡੀਓ ਤੱਕ ਲਈ ਬਾਏ।
ਤੇ ਹਲਦੀ ਦੇ ਨਾਲ ਹੀ ਆਪਾਂ ਲਾਏ ਸੀ ਦੋ ਸਵੰਜਣਾ ਦੇ ਬੂਟੇ ਮਤਲਬ ਮੋਰਿੰਗਾ ਵਾਲੀ ਫਿਰ ਜਿਹਨੂੰ ਕਹਿੰਦੇ ਆ ਇਹ ਫਲੀਆਂ ਵਾਲੇ ਨੇ ਇੱਕ ਇੱਧਰ ਆ ਇੱਕ ਇੱਧਰ ਆ ਹਾਂ ਦੋ ਉਧਰ ਬਾਹਰ ਵੀ ਲੱਗੇ ਨੇ ਉਹ ਬਿਨਾ ਫਲੀਆਂ ਵਾਲੇ ਨੇ ਥੱਲੇ ਪੱਤੇ ਵਾਲੇ ਬੈਂਗਣ ਕਾਫੀ ਖਿਲਰੇ ਜੇ ਪਏ ਸੀਗੇ ਤੇ ਫਾਲਤੂ ਟਾਣੀਆਂ ਦੀ ਕਟਿੰਗ ਕਰਤੀ ਤੇ ਐਦਾਂ ਬੰਨਤੇ ਆਪਾਂ ਵੈਸੇ ਲੱਗੇ ਵੀ ਹਜੇ ਫਲ ਤੇ ਪੁੱਟੇ ਨਹੀਂ ਮੈਂ ਕਿਹਾ ਵੀ ਚਲੋ ਬੂਟੇ ਕੱਲ ਹੀ ਪੁੱਟਣੇ ਵੀ ਫਲ ਦੇ ਰਹੇ ਆ ਜੇ ਸਬਜ਼ੀਆਂ ਸੌਰੀ ਲਾਲ ਮਿਰਚ ਹਰੀ ਮਿਰਚ ਤੇ ਸ਼ਿਮਲਾ ਮਿਰਚ ਇੱਕ ਇੱਕ ਸ਼ਿਮਲਾ ਮਿਰਚ ਮੈਂ ਲਾਲ ਵੀ ਦੇਖੀ ਸੀ ਤੇ ਹਾਂ ਉਹ ਵਿੱਚ ਪਈ ਓਕੇ ਓਕੇ ਹਾਂ ਆ ਦੇਖੋ ਤੇ ਇਹ ਆ ਮਲਾਈ ਸਾਗ ਇਹ ਵਿਰਲਾ ਵਿਰਲਾ ਤਾਂ ਲਾਉਣੇ ਵੀ ਉਹ ਕਾਫੀ ਫੈਲ ਜਾਂਦਾ ਇਹ ਅਗੇ ਇਹਦੇ ਦੋ ਨਾਂ ਨੇ ਦੋ ਨਾਂ ਮਲਾਈ ਸਾਗ ਆਪਾਂ ਕਹਿੰਦੇ ਵੈਸੇ ਚੈਨਾ ਸਾਗ ਪਤਾ ਨਹੀਂ ਅਸਲੀ ਨਾਮ ਕੀ ਹੋਵੇ ਬਾਜ਼ਾਰਾਂ ਦੇ ਵਿੱਚ ਇਹਨੂੰ ਮਲਾਈ ਸਾਗ ਕਹਿੰਦੇ ਅੱਜ ਵਾਲੀ ਵੀਡੀਓ ਬਸ ਇੰਨੀ ਕੀ ਸੀ ਤੁਸੀਂ ਸਾਰਿਆਂ ਨੇ ਇੰਨਾ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਨਵੀਂ ਵੀਡੀਓ ਵਿੱਚ